ਜੀ ਹੈਲੋ, ਤੁਸੀਂ ਦੇਸੀ ਪੰਜਾਬੀ ਸਿੰਮੀ। ਉਹ ਜੀ, ਤੁਹਾਨੂੰ ਤਾਂ ਪਤਾ ਹੈ ਕਿ ਸਾਡੇ ਪੰਜਾਬੀਆਂ ਨੂੰ ਗੋਰਾ ਰੰਗ ਕਿੰਨਾ ਪਸੰਦ ਹੈਗਾ। ਜਿੱਦਾਂ ਹੀ ਕਿਸੇ ਦੀ ਵਿਆਹ ਸ਼ਾਦੀ ਦੀ ਗੱਲ ਚੱਲਦੀ ਹੈ, ਸਭ ਤੋਂ ਪਹਿਲਾਂ ਸਵਾਲ ਇਹ ਪੁੱਛਿਆ ਜਾਂਦਾ ਕਿ ਕੁੜੀ ਤੇ ਮੁੰਡੇ ਦਾ ਰੰਗ ਕਿੱਦਾਂ ਦਾ ਹੈਗਾ। ਜੇ ਉਹ ਕਹਿੰਦੇ ਹਨ ਕਿ ਵੀ ਕੁੜੀ ਦਾ ਰੰਗ ਹਲਕਾ ਜਿਹਾ ਸਾਂਵਲਾ ਜਿਹਾ ਹੈ, ਥੋੜ੍ਹੀ ਜਿਹੀ ਡਾਰਕਿਸ਼ ਹੈ, ਫਿਰ ਅਗਲਾ ਸਵਾਲ ਪੁੱਛਦੇ ਨੇ ਕਿ ਤੁਸੀਂ ਦੱਸੋ ਕਿ ਕੁੜੀ ਬੜੇ ਅਮੀਰ ਘਰ ਦੀ ਹੈਗੀ ਹੈ। ਉਹ ਕਹਿਣਗੇ ਹਾਂਜੀ ਹੈਗੇ ਨੇ। ਲੈ ਫਿਰ ਕਾਹਦੀ ਗੱਲ ਹੈ, ਚੰਗਾ ਦਹੇਜ ਲੈ ਕੇ ਆਏਗੀ, ਸਾਰਿਆਂ ਨੂੰ ਖੁਸ਼ ਰੱਖੇਗੀ। ਤੇ ਏਦਾਂ ਹੀ ਜੇ ਕਿਸੇ ਦਾ ਬੱਚਾ ਪੈਦਾ ਹੁੰਦਾ ਤੇ ਉੱਥੇ ਵੀ ਏਦਾਂ ਹੀ ਪੁੱਛਦੇ ਨੇ ਕਿ ਜੀ ਬੱਚੇ ਦਾ ਰੰਗ ਕਿੱਦਾਂ ਹੈਗਾ। ਜੇ ਉਹ ਕਹਿੰਦੇ ਜੀ ਉਹ ਕੁੜੀ ਪੈਦਾ ਹੋਈ ਹੈ ਤੇ ਥੋੜ੍ਹੀ ਜਿਹੀ ਨਾ ਡਾਰਕਿਸ਼ ਹੈ, ਫਿਰ ਕਹਿਣਗੇ ਹਾਏ ਵਿਚਾਰੀ। ਤੇ ਦੂਜੀ ਲਾਈਨ ਕਹਿਣਗੇ ਨਹੀਂ ਕੋਈ ਗੱਲ ਨੀ, ਵੱਡੇ ਹੋ ਕੇ ਸਾਰੇ ਬੱਚੇ ਅੱਜ ਕੱਲ੍ਹ ਬੜੇ ਸਮਾਰਟ ਲੱਗਦੇ ਨੇ, ਮਹਿੰਗੇ ਕੱਪੜੇ ਪਾਉਂਦੇ ਨੇ, ਚੰਗਾ ਮੇਕਅਪ ਲਾਉਂਦੇ ਨੇ, ਤੇ ਇਹ ਵੀ ਲਾ ਲੇਗੀ, ਇਹ ਵੀ ਸੋਹਣੀ ਲੱਗੇਗੀ। ਹੁਣ ਤੁਸੀਂ ਦੇਖੋ ਕਿ ਸਾਡੇ ਸਕੂਲ ਵਿੱਚ ਇੱਕ ਮੁੰਡਾ ਸੀਗਾ ਬਾਣੀਆਂ ਦਾ, ਤੇ ਵਿਚਾਰਾ ਕਾਲਾ, ਤੇ ਸਾਰਾ ਸਕੂਲ ਉਹਨੂੰ ਬਾਟਾ ਬਾਟਾ ਕਹਿੰਦਾ ਸੀ। ਸਾਰੇ ਬੱਚੇ ਏਦਾਂ ਗੱਲਾਂ ਕਰਦੇ ਸੀ, ਓਏ ਬਾਟੇ ਕਿੱਥੇ ਚੱਲਾਂ ਤੂੰ, ਤੂੰ ਚੱਲ ਆਗਾ ਸਾਡੇ ਨਾਲ ਕ੍ਰਿਕਟ ਖੇਲ, ਤੂੰ ਕਿੱਥੇ ਨੱਠਿਆ ਫਿਰਦਾ। ਟੀਚਰ ਵੀ ਕਹਿੰਦੀ ਸੀ ਬਾਟਾ ਵਾਈ ਹੈਵਨ ਯੂ ਡਨ ਯੋਰ ਹੋਮਵਰਕ ਪ੍ਰੋਪਰਲੀ, ਆਈ ਐਮ ਗੋਇੰਗ ਟੂ ਕਾਲ ਯੋਰ ਪੇਰੈਂਟਸ। ਸਵਾਏ ਉਹਦੇ ਮਾਂ ਬਾਪ ਦੇ, ਉਹਦੇ ਅਸਲੀ ਨਾਮ ਤੋਂ ਉਹਨੂੰ ਕੋਈ ਨਹੀਂ ਬੁਲਾਉਂਦਾ ਸੀ, ਸਾਰੇ ਬਾਟਾ ਬਾਟਾ ਕਹਿੰਦੇ ਸੀ। ਹੁਣ ਜੇ ਬਾਣੀਆਂ ਦੇ ਘਰ ਵਿੱਚ ਗੋਰਾ ਮੁੰਡਾ ਵੀ ਪੈਦਾ ਹੋ ਜਾਵੇ ਨਾ, ਤਾਂ ਵੀ ਸਾਰੀ ਦੁਨੀਆ ਛੱਡਦੀ, ਖਾਸ ਕਰਕੇ ਪੰਜਾਬੀ। ਉਹ ਵੀ ਇਹਦੇ ਕਹਿੰਦੇ ਨੇ ਬਈ ਗੋਰਾ ਬਾਣੀਆ ਹੈਗਾ, ਇਹਦੇ ਤੋਂ ਧਿਆਨ ਨਾਲ ਰਹੀਓ, ਇਹਦੀ ਪੂਰੀ ਗੱਲਾਂ ਨਾ ਜ਼ਰਾ ਧਿਆਨ ਨਾਲ ਸੁਣਿਆ ਕਰੋ, ਸਾਰੀ ਗੱਲਾਂ ਨਾ ਇਹਦੀ ਮੰਨਿਆ ਕਰੋ, ਕੁਛ ਨਾ ਕੁਛ ਇਹਨੇ ਵਿੱਚ ਨਾ ਇੱਧਰ ਉੱਧਰ ਕਰ ਦੇਣਾ। ਬਈ ਪੰਜਾਬੀ ਅਸੀਂ ਹੈਗੇ ਹੀ ਇੱਦਾਂ ਦੇ। ਹੁਣ ਜੇ ਕੋਈ ਹਲਵਾਈ ਥਾ 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 ਕਰਕੇ ਗੱਲਾਂ ਕਰੇਗਾ, ਉਹਨੂੰ ਸਾਰੇ ਕਹਿਣਗੇ ਓਏ ਸੱਤੇ ਹਲਵਾਈ ਇੱਧਰ ਆ। ਹੁਣ ਇੱਦਾਂ ਦੇ ਹੀ ਨਾਮ ਪੈ ਜਾਂਦੇ ਨਾ ਲੋਕਾਂ ਨੇ, ਉਹ ਕੰਨਾ ਉਹ ਅੰਨਾ ਹੈਗਾ, ਉਹ ਥੋੜਾ ਜਿਹਾ ਲੰਘੜ ਕੇ ਚੱਲਦਾ ਤਾਂ ਉਹਨੂੰ ਕਹਿੰਦੇ ਓ ਲੰਘੜੇ ਇੱਧਰ ਆ ਜਾ। ਕੀ ਕਰੀਏ, ਅਸੀਂ ਪੰਜਾਬੀ ਹੈਗੇ ਹਾਂ, ਪਿਆਰ ਨਾਲ ਸਾਰਿਆਂ ਨੂੰ ਇੱਦਾਂ ਹੀ ਬੁਲਾਉਂਦੇ ਰਹਿੰਦੇ ਨੇ, ਹੈ ਕਿ ਨਹੀਂ। ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਲਾਈਕ ਕਰੋ ਐਂਡ ਸ਼ੇਅਰ ਕਰੋ ਐਂਡ ਕੀਪ ਵਾਚਿੰਗ ਦੇਸੀ ਪੰਜਾਬੀ ਸਿੰਮੀ।